ਹੌਸਲੇ ਨਾਲ ਤੇ ਚੜ੍ਹਦੀ ਕਲਾ ਰੱਖਦੇ ਹੋਏ ਮੋਰਚਾ ਸ਼ਾਮਲ ਭੈਣੋ ਤੇ ਭਰਾਓ ਦੁਨੀਆ ਦੇ ਇਸ ਇਤਿਹਾਸ ਦੇ ਵਿੱਚ ਤੁਸੀਂ ਲੋਕਾਂ ਨੂੰ ਦੱਸਦਾ ਜੇ ਕਿਸਾਨ ਸਿਰਫ ਪੈਦਾਵਾਰ ਹੀ ਕਰਨ ਜਾਣਦੇ ਪੈਦਾਵਾਰ ਦੀ ਰਾਖੀ ਕਰਨਾ ਨਹੀਂ ਜਾਣਦੇ ਇਹ ਸਿਰਫ ਲੜਨਾ ਮਰਨਾ ਨਹੀਂ ਜਾਣੀਏ ਸੰਭਲ ਕੇ ਵੀ ਚੱਲਣਾ ਨਹੀਂ ਜਾਣੀਏ ਹੋਸ਼ ਹਵਾਸ ਕਾਇਮ ਰੱਖ ਕੇ ਸੰਘਰਸ਼ ਕਰਨਾ ਨਹੀਂ ਜਾਣਦੇ ਦੁਨੀਆ ਦੀ ਇਹ ਗੱਲ ਸੱਚਿਤ ਹੈ ਕਿ ਪਹਿਲਾ ਅੰਦੋਲਨ ਹੈ ਜਿਹਨੇ ਦੁਨੀਆ ਦੇ ਲੋਕਾਂ ਨੂੰ ਤੁਹਾਡੀ ਸ਼ਲਾਘਾ ਕਰਨ ਵਾਸਤੇ ਮਜ਼ਬੂਰ ਕੀਤਾ ਹੈ ਜਿਹਦੀ ਚਰਚਾ ਦੁਨੀਆ ਦੇ ਵਿਕਸਿਤ ਮੁਲਕਾਂ ਦੇ ਵਿੱਚ ਚੱਲ ਰਹੀ ਹੈ ਤੇ ਜਿਹੜਾ ਆਹ ਸੰਘਰਸ਼ ਹੈ ਇਹ ਸੰਘਰਸ਼ ਦੀ ਚੇਤਨਾ ਦੀ ਗੱਲ ਤੇ ਕੀਤੀ ਹੋਈ ਹੈ ਇਹ ਸੰਘਰਸ਼ ਨੇ ਜਿਹਨਾਂ ਲੋਕਾਂ ਨੂੰ ਆਪਣੇ ਦੁਸ਼ਮਣ ਮੰਨ ਕੇ ਇਹਨਾਂ ਨੇ ਖਿਲਾਫ ਲੜਾਈ ਲੜੀ ਹੋਈ ਹੈ ਸੱਚਮੁੱਚ ਇਸ ਗੱਲ ਦੀ ਲੋੜ ਹੈ ਇਸ ਗੱਲ ਦੀ ਜ਼ਰੂਰਤ ਕਿਉਂਕਿ ਇਹਨਾਂ ਕਾਨੂੰਨਾਂ ਦੇ ਖਿਲਾਫ ਇਹਨਾਂ ਸੂਬਾ ਦੇ ਖਿਲਾਫ ਇਹਨਾਂ ਸਾਮਰਾਜੀ ਪਾਲਸੀਆਂ ਦੇ ਖਿਲਾਫ ਦੁਨੀਆਂ ਦੇ ਲੋਕਾਂ ਨੂੰ ਬਹੁਤ ਵੱਡੀ ਤਕਲੀਫ ਹੈ ਦੁਨੀਆਂ ਦੇ ਉਹ ਮੁਲਕ ਜਿੱਥੇ ਸਾਡੇ ਬੱਚੇ ਨੌਕਰੀਆਂ ਕਰਨ ਜਾਂਦੇ ਨੇ ਉਹਨਾਂ ਦੇ ਵਿੱਚ ਇਹਨਾਂ ਨੇ ਪਾਲਸੀਆਂ ਲਾਗੂ ਕੀਤੀਆਂ ਨੇ ਉੱਥੇ ਇਹ ਫੇਲ ਹੋਈਆਂ ਨੇ ਉੱਥੇ ਦੀ ਕਿਸਾਨੀ ਦੀ ਸੜਕਾਂ ਤੇ ਨਿਕਲਣ ਵਾਸਤੇ ਮਜ਼ਬੂਰ ਹੈ ਅਮਰੀਕਾ ਦੁਨੀਆ ਦਾ ਸਭ ਤੋਂ ਵੱਡਾ ਤਾਕਤਵਰ ਮੁਲਕ ਹੈ ਜਿੱਥੇ 6% ਲੋਕ ਖੇਤੀ ਕਰਦੇ ਸੀ ਉਹਨਾਂ ਨੇ ਨੀਤੀਆਂ ਜਦੋਂ ਉੱਥੇ ਲਾਗੂ ਕੀਤੀਆਂ ਹੁਣ ਇਸ ਵੇਲੇ ਅਮਰੀਕਾ ਦੇ ਵਿੱਚ 1.5% ਲੋਕ ਖੇਤੀ ਕਰਦੇ ਨੇ ਬਾਕੀ ਲੋਕ 4.5% ਲੋਕ ਖੇਤੀ ਤੋਂ ਬਾਹਰ ਅਮਰੀਕਾ ਦੇ ਕਿਸਾਨਾਂ ਦੇ ਸਿਰ ਦੀ ਇਹ ਗੱਲ ਹੈ ਇਹਦਾ ਮਤਲਬ ਇਹ ਬਣਿਆ ਕਿ ਜਿਹੜੀਆਂ ਨੀਤੀਆਂ ਸਾਡੇ ਹਾਕਮ ਲੈ ਕੇ ਆਏ ਨੇ ਉਹ ਲੋਕਾਂ ਨੇ ਜਿੱਥੇ ਵੀ ਵੰਡਾਈਆਂ ਨੇ ਹਾਕਮਾਂ ਨੇ ਜਿੱਥੇ ਲਾਗੂ ਕੀਤੀਆਂ ਨੇ ਉਹ ਫੇਲ ਸਾਬਤ ਹੋਈਆਂ ਨੇ ਉਹ ਲੋਕਾਂ ਦੇ ਪੱਖ ਦੀਆਂ ਨੀਤੀਆਂ ਨਹੀਂ ਰਹੀਆਂ ਉਹ ਲੋਕਾਂ ਦੇ ਪੱਖ ਦੀਆਂ ਨੀਤੀਆਂ ਬਣ ਕੇ ਰਹੀਆਂ ਨੇ ਤੇ ਲੋਕਾਂ ਸਾਡੇ ਸਮਾਜ ਦੇ ਉੱਤੇ ਸਾਡੇ ਦੁਨੀਆ ਦੇ ਕਿਰਤੀਆਂ ਦੇ ਉੱਤੇ ਜੋ ਕਲਮ ਕਰੇ ਜਿਨ੍ਹਾਂ ਨੂੰ ਤੋੜ ਕੇ ਬਗਾ ਮਾਰ ਕੇ ਖਾਤਮਾ ਕਰਨ ਦੀ ਲੋੜ ਹੈ ਇਹਦੇ ਵਾਸਤੇ ਪੰਡਿਤ ਦੇ ਜੰਮੀ ਸਭ ਦਾ ਕੇਂਦਰਾਈ ਚਲਾਈ ਹੋ ਇਹ ਗੱਲਾਂ ਜਦੋਂ ਅਸੀਂ ਸਟੇਜ ਤੋਂ ਕਰਦੇ ਹਾਂ ਤੁਸੀਂ ਸੁਣਦੇ ਹੋ ਤਾਂ ਤੁਸੀਂ ਇੱਥੇ ਜਦੋਂ ਬੋਲਣ ਆਉਂਦੇ ਹੋ ਤੁਸੀਂ ਬੋਲਣ ਦੇ ਵਿੱਚ ਕੋਸ਼ਿਸ਼ ਕਰਦੇ ਹੋ ਵੀ ਨੀਤੀਆਂ ਦੇ ਬੋਲਿਆ ਜਾਵੇ ਕਿਹੜੀਆਂ ਉਹ ਨੀਤੀਆਂ ਨੇ ਜਿਹੜੀਆਂ ਨੇ ਸਾਡੇ ਅਰਮਾਨ ਦੱਬੇ ਹੋਏ ਨੇ ਸਾਡੇ ਸੁਪਨੇ ਦੱਬੇ ਹੋਏ ਨੇ ਸਾਡੇ ਚੰਗੇ ਦਿਨ ਦੱਬੇ ਹੋਏ ਨੇ ਸਾਨੂੰ ਹਨੇਰਿਆਂ ਚ ਰੱਖਿਆ ਹੋਇਆ ਸਾਡੀ ਖੁਸ਼ਹਾਲੀ ਤੋਂ ਸਾਨੂੰ ਦੂਰ ਰੱਖਿਆ ਹੋਇਆ ਤੇ ਇਹ ਬਹੁਤ ਵੱਡਾ ਅਮੀਰਾਂ ਤੇ ਗਰੀਬਾਂ ਦਾ ਪਾੜਾ ਜਿਹੜੀਆਂ ਨੀਤੀਆਂ ਨੇ ਵਧਾਇਆ ਅਸੀਂ ਉਹਨਾਂ ਨੀਤੀਆਂ ਦਾ ਵਿਰੋਧ ਕਰਦੇ ਹਾਂ ਉਹਨਾਂ ਖਿਲਾਫ ਜਾਂਦੇ ਹੁਣ ਜਦੋਂ ਇੱਥੇ ਨੇੜਾ ਮਾਰਦੇ ਹਾਂ ਤੇ ਫਿਰ ਇਹ ਕਿਹੜੀ ਸਰਕਾਰ ਹੈ ਕਿਹੜੇ ਲੋਕ ਨੇ ਉਹ ਜਿਹੜੇ ਇਹ ਨੀਤੀਆਂ ਲੈ ਕੇ ਆਏ ਨੇ ਜਦੋਂ ਇਹਦਾ ਖੀਰ ਦੇ ਵਿੱਚ ਜ਼ਿਕਰ ਹੁੰਦਾ ਹੈ ਤੇ ਕਾਂਗਰਸ ਕਹਿੰਦੇ ਬੀਜੇਪੀ ਵਾਲੇ ਲੈ ਕੇ ਆਵੇ ਬੀਜੇਪੀ ਕਹਿੰਦੇ ਕਾਂਗਰਸ ਵਾਲੇ ਲੈ ਕੇ ਆਵੇ ਹੁਣ ਉਹ ਅਕਾਲੀ ਕਹਿੰਦੇ ਨੇ ਵੀ ਇਹ ਕਾਂਗਰਸ ਵਾਲੇ ਤੇ ਬੀਜੇਪੀ ਦਾ ਦੋਏ ਲੈ ਕੇ ਆ ਗਏ ਆਪ ਵਾਲੇ ਵਿੱਚ ਹੀ ਸਹਿਮਤ ਨੇ ਇਹ ਭਰਾਓ ਇਹਨਾਂ ਦਾ ਸਲੀਕਾ ਪਏ ਇਹਨਾਂ ਚੋਂ ਕੋਈ ਘੱਟ ਨਹੀਂ ਹੈ ਇਹ ਸਾਰੇ ਇਕੱਠੇ ਨੇ
ਜਦੋਂ ਨੇਕੀ ਦੀ ਗੱਲ ਕਰਦੀ ਹੁੰਦੀ ਹੈ ਉਦੋਂ ਸਾਰੇ ਇਕੱਠੇ। ਹੁਣ ਪੰਜਾਬ ਦੇ ਵਿੱਚ ਜਾਣ ਚੱਲ ਗਿਆ ਕੈਪਟਨ ਸਾਹਿਬ ਕਹਿ ਰਹੇ ਹੈ ਕਿ ਜਿਹੜਾ ਇਹ ਅੰਦੋਲਨ ਹੈ ਜੇ ਕੈਪਟਨ ਸਰਕਾਰ ਇਹਦੀ ਹਮਾਇਤ ਨਾ ਕਰਦੀ ਹੁੰਦੀ ਤਾਂ ਇਹ ਦਿੱਲੀ ਦੇ ਵਿੱਚ ਮੋਰਚਾ ਨਹੀਂ ਸੀ ਕਰਦਾ ਤੇ ਐਡਾ ਲੰਮਾ ਨਹੀਂ ਸੀ ਕਰ ਸਕਦਾ। ਜਾਣੀ ਐ ਕਹਿ ਰਿਹਾ ਕੈਪਟਨ ਸਾਹਿਬ ਵੀ ਮੈਂ ਨਾ ਕਰੋਨਾ ਦਾ ਵਿਰੋਧੀ ਸੀ ਤਾਂ ਹੀ ਮੈਂ ਇਹਦੀ ਹਮਾਇਤ ਕੀਤੀ। ਇਹ ਸਰਾਸਰ ਗਲਤ ਹੈ। ਕੈਪਟਨ ਹਮੇਸ਼ਾ ਇਹਨਾਂ ਕਾਨੂੰਨਾਂ ਦੇ ਪੱਖ ਚ ਰਿਹਾ। ਕੈਪਟਨ ਦੇ ਜਿਹੜੇ ਪ੍ਰਭੂ ਨੇ ਜਿਨ੍ਹਾਂ ਦਾ ਇਹ ਚੇਲਾ ਜਾਂਦਾ ਜਦੋਂ 1990 ਦੇ ਵਿੱਚ ਦੁਨੀਆ ਦੇ ਵਿੱਚ ਵੱਡਾ ਆਰਥਿਕ ਸੰਕਟ ਆਇਆ ਉਦੋਂ ਦੁਨੀਆ ਦੀਆਂ ਵੱਡੀਆਂ ਤਾਕਤਾਂ ਨੇ ਇੱਕ ਸੰਸਥਾ ਬਣਾਈ ਨਿੱਜੀਕਰਨ ਕਰੋ ਤੇ ਖੇਤੀ ਕਿੱਤੇ ਨੂੰ ਦੇਣ ਵਾਲੀਆਂ ਸਾਰੀਆਂ ਸਬਸਿਡੀਆਂ ਖਤਮ ਕਰੋ। ਖੇਤੀ ਕਿੱਤਾ ਪਹਿਲੀ ਵਾਰ 1990 ਕਾਰਡ ਦੇ 8ਵੇਂ ਸਮਝੌਤੇ ਪਹਿਲੀ ਵਾਰ ਕਿੱਤੇ ਨੂੰ ਇਹ ਖੇਤੀ ਖੇਤਰ ਨੂੰ ਲਿਆ। ਇਸ ਕਰਕੇ 1990 ਦੇ ਕਾਰਡ ਸਮਝੌਤੇ ਸਭ ਤੋਂ ਵੱਧ ਰੌਲਾ ਪਿਆ ਤੇ ਸਭ ਤੋਂ ਲੰਮਾ ਸਮਾਂ ਉਹ ਲੱਗ ਗਿਆ। ਕਾਰਡ ਦੇ 7 ਸਮਝੌਤੇ ਹੁੰਦੇ ਰਹੇ ਪਹਿਲਾਂ ਉਹ 7 ਦੇ 7 ਸਮਝੌਤੇ ਸੰਗਤਾਂ ਦੇ ਸੰਬੰਧਿਤ ਹੁੰਦੇ ਸੀ। 8ਵੇਂ ਸਮਝੌਤੇ ਖੇਤੀ ਖੇਤਰ ਨੂੰ ਸੱਤ ਇਹਨਾਂ ਦੇ ਵਿੱਚ ਲੈ ਲਿਆ। ਮੇਰੇ ਡਾਕਟਰ ਨੇ ਤਜਵੀਜ਼ਾਂ ਲਿਆਂਦੀਆਂ ਉਹ ਰੌਲੇ ਤੋਂ ਬਾਅਦ ਉਹ ਤਜਵੀਜ਼ਾਂ ਦੇ ਵਿੱਚ ਸਾਰਿਆਂ ਨੇ ਇਹ ਸਹੀ ਗੱਲ ਦਬਾ ਦਿੱਤੀ। ਸਾਰਿਆਂ ਨੇ ਡਾਕਟਰ ਨੂੰ ਦਿੱਤਾ ਵਿਸ਼ੇਸ਼ ਸਵਾਸਥ ਸੰਸਥਾ ਦੇ ਨੀਤੀਆਂ ਨੇ ਦੱਸ ਦਿੱਤਾ ਤੇ ਉਹ ਨੀਤੀਆਂ ਦੇ ਉੱਤੇ ਕੈਪਟਨ ਸਾਹਿਬ ਦੇ ਨਰਸਿੰਘਾ ਰਾਓ ਇਹਨਾਂ ਦਾ ਪਹਿਲਾ ਪ੍ਰਧਾਨ ਮੰਤਰੀ ਹੁੰਦਾ ਉਹਨੇ ਡਾਕਟਰ ਕੀਤੇ ਨੇ ਮਨਮੋਹਨ ਸਿੰਘ ਉਦੋਂ ਵਿੱਤ ਮੰਤਰੀ ਹੁੰਦਾ। ਇਹ ਕੈਪਟਨ ਸਾਹਿਬ ਤੇਰਾ ਤਾਂ ਹੈ ਜੇ ਤੁਰ ਹੀ ਜਾਂਦਾ ਧਰਨੇ ਤੇ ਅਸੀਂ ਬੈਠੇ ਹਾਂ 10 ਮਹੀਨਿਆਂ ਦੇ ਬੈਠੇ ਹਾਂ ਘਰ ਛੱਡ ਕੇ ਬੈਠੇ ਹਾਂ ਕੰਮ ਛੱਡ ਕੇ ਬੈਠੇ ਤੇ ਤੂੰ ਮਾਰੋ ਕੀਲਾ ਦੇ ਜਾਣਾ ਕਿ ਪੰਜਾਬ ਦੇ 112-13 ਜਗ੍ਹਾ ਦੇ ਧਰਨੇ ਲਾਏ ਹੋਏ ਨੇ ਧਰਨੇ ਚੱਕ ਲਓ ਕਿਉਂਕਿ ਸੂਬੇ ਦਾ ਬਹੁਤ ਵੱਡਾ ਨੁਕਸਾਨ ਆਰਥਿਕ ਨੁਕਸਾਨ ਹੋ ਰਿਹਾ। ਹੁਣ ਆਪਾਂ ਇੱਥੇ ਜਗ੍ਹਾ ਮਾਰੀਏ ਕਿ ਜਿਹੜੇ 112-13 ਧਰਨੇ ਪੰਜਾਬ ਦੇ ਲੱਗੇ ਹੋਏ ਨੇ ਕਿ ਸੱਚਮੁੱਚ ਹੀ ਆਰਥਿਕ ਨੁਕਸਾਨ ਹੋ ਰਿਹਾ ਵਾ। ਹੁਣ ਪਹਿਲੀ ਗੱਲ ਆਪਾਂ ਨੇ ਵਾਲਮਾਰਟ ਕੰਪਨੀ ਦੇ ਸ਼ੋਪਿੰਗ ਮਾਲ ਰੋਕੇ ਹੋਏ ਨੇ। ਵਾਲਮਾਰਟ ਦੁਨੀਆ ਦੀਆਂ 7 ਵੱਡੀਆਂ ਸਰਮਾਏ ਦਾ ਕੰਪਨੀਆਂ ਤੋਂ 41 ਪ੍ਰਚੂਰ ਖੇਤਰ ਕੰਮ ਕਰਦੀ ਹੈ। ਉਹਦਾ ਮਾਲ ਰੋਕਣ ਨਾਲ ਜਿਹੜੇ ਵਾਲਮਾਰਟ ਦੇ ਮੁਲਾਜ਼ਮ ਕੰਮ ਕਰਦੇ ਨੇ ਉਹਨਾਂ ਦਾ ਨੁਕਸਾਨ ਤਾਂ ਹੋਇਆ ਪਰ ਕੈਪਟਨ ਸਾਹਿਬ ਦੇ ਖਜ਼ਾਨੇ ਭਲਾ ਕੀ ਫਰਕ ਪੈ ਗਿਆ ਬਈ। ਵਾਲਮਾਰਟ ਦਾ ਮਾਲ ਵਿਕਣ ਨਾਲ ਸੂਬੇ ਦੇ ਖਜ਼ਾਨੇ ਦੇ ਕੀ ਅਸਰ ਹੁੰਦਾ ਕੋਈ ਜਵਾਬ ਹੈ ਕੈਪਟਨ ਸਾਹਿਬ? ਸਭ ਉਲਟ ਹੈ ਕਿ ਵਾਲਮਾਰਟ ਸ਼ੋਪਿੰਗ ਮਾਲ ਦੇ ਬੰਦ ਹੋਣ ਨਾਲ ਪ੍ਰਚੂਰ ਖੇਤਰ ਦੇ ਲੋਕਾਂ ਦੀ ਆਮਦਨ ਵਧੀ ਹੈ, ਲੋਕਾਂ ਦਾ ਫਾਇਦਾ ਹੋਇਆ ਵੱਡੀ ਕੰਪਨੀਆਂ ਨੁਕਸਾਨ। ਦੂਜੀ ਗੱਲ ਮੋਗੇ ਤੇ ਅਡਾਨੀ ਦਾ ਸ਼ੀਲੋ ਨਾਮ ਰੁਕਿਆ ਹੋਇਆ
ਉਹਦੇ ਤੋਂ ਕਣਕ ਨਹੀਂ ਧਰਨ ਦਿੱਤੀ ਜਿਹੜਾ ਕਣਕ ਦਾ ਸਾਰਾ ਮਾਲ ਹੈ ਉਹ ਸਰਕਾਰੀ ਤੇ ਪ੍ਰਾਈਵੇਟ ਗੋਦਾਮਾਂ ਚ ਲੈ ਗਿਆ। ਦੱਸੋ ਕੈਪਟਨ ਸਾਹਿਬ ਜੇ ਛੀਨੋ ਗੋਦਾਮ ਦੇ ਵਿੱਚ ਕਣਕ ਨਹੀਂ ਡਿੱਗੀ ਤਾਂ ਤੇਰਾ ਖਜ਼ਾਨੇ ਦਾ ਕੀ ਨੁਕਸਾਨ ਹੋ ਗਿਆ? ਕੋਈ ਜਵਾਬ ਹੈ ਨਹੀਂ। ਪਾਵਰ ਪਲਾਂਟ ਰੋਕੇ ਹੋਏ ਨੇ ਅਸੀਂ ਜਿਹੜੇ ਮਹਿੰਗੀ ਬਿਜਲੀ ਦੇ ਸਮਝੌਤੇ ਤੁਸੀਂ ਕੀਤੇ ਨੇ ਤੁਹਾਡੇ ਅਕਾਲੀਆਂ ਨੇ ਕੀਤੇ ਨੇ ਤੁਹਾਡੀ ਸਰਕਾਰ ਨੇ ਜਿੰਨਾ ਹੋਵੇ ਸਾਡੇ ਘਰ ਦੇ ਦੱਸਦੇ ਕੈਪਟਨ ਸਾਹਿਬ ਤੇਰੇ ਖਜ਼ਾਨੇ ਨੂੰ ਕੀ ਨੁਕਸਾਨ ਹੋ ਗਿਆ? ਸਟੇਸ਼ਨਾਂ ਦੇ ਪਾਰਕਾਂ ਦੇ ਬੈਠੀਆਂ ਨੇ ਗੀਟਿਆਂ ਦੇ ਬੁਲਾਉਂਦੀਆਂ ਰੇਲਾਂ ਛੱਡੀਆਂ ਹੋਈਆਂ ਲੋਕ ਪਾਰਕਾਂ ਚ ਬੈਠੇ ਉਹਨਾਂ ਦੇ ਬੈਠਣ ਨਾਲ ਦੱਸ ਕੇ ਉਹ ਸਾਡਾ ਕੀ ਨੁਕਸਾਨ ਹੁੰਦਾ ਬਾਈ ਕਿਹੜੇ ਖਜ਼ਾਨੇ ਦਾ ਨੁਕਸਾਨ ਹੋ? ਹੁਣ ਦੂਜੇ ਪਾਸੇ ਆ ਕੇ ਟੋਲ ਪਲਾਜ਼ੇ ਰੋਕੇ ਹੋਏ ਨੇ ਅਸੀਂ ਟੋਲ ਪਲਾਜ਼ਿਆਂ ਦੇ ਨੈਸ਼ਨਲ ਹਾਈਵੇ ਦੇ ਜਿਹੜੇ ਉਹਨਾਂ ਦੇ ਟੋਲ ਪਲਾਜ਼ੇ ਲੱਗੇ ਹੋਏ ਨੇ ਉਹਨਾਂ ਦਾ ਹਿੱਸਾ ਪਤੀ ਕੇਂਦਰ ਨੂੰ ਜਾਂਦਾ ਕੁਛ ਕੁ ਹੋਣਗੇ ਟੋਲ ਪਲਾਜ਼ੇ ਜਿਹਦੇ ਤੋਂ ਬਹੁਤ ਥੋੜਾ ਹਿੱਸਾ ਸੂਬਾ ਸਰਕਾਰ ਨੂੰ ਜਾਂਦਾ ਉਹ ਮਾਮੂਲੀ ਨੁਕਸਾਨ ਅਸੀਂ ਵਰਤ ਸਕਦੇ ਹਾਂ ਕਿ ਸੂਬਾ ਸਰਕਾਰ ਨੂੰ ਹੋ ਗਿਆ ਪਰ ਉਹਨੇ ਨਾ ਟੋਲ ਪਲਾਜ਼ੇ ਰੋਕਣ ਨਾਲ ਲਗਭਗ 1500 ਕਰੋੜ ਰੁਪਏ ਦਾ ਸਾਡੇ ਆਪ ਪੰਜਾਬ ਦੇ ਲੋਕਾਂ ਨੂੰ ਫਾਇਦਾ ਦੱਸ ਤੇਰਾ ਕੀ ਨੁਕਸਾਨ ਹੋ ਗਿਆ ਬਾਈ ਦੱਸ ਸਕਦਾ ਮੈਂ ਕਿ ਸਾਡੇ 112 ਦਿਨ ਧੰਦੇ ਨੂੰ ਬੀਜੇਪੀ ਦੇ ਘਰਾਂ ਦੇ ਮੂਹਰੇ ਬੈਠੇ ਬੀਜੇਪੀ ਦੇ ਲੀਡਰਾਂ ਦੇ ਘਰਾਂ ਦੇ ਮੂਹਰੇ ਬੈਠੇ ਉਹਦੇ ਨਾਲ ਤੇਰੇ ਖਜ਼ਾਨੇ ਨੂੰ ਕੀ ਨੁਕਸਾਨ ਹੋ? ਕੋਈ ਚੁੱਪ ਹੈ ਕਿ ਆ ਇਕਲੌਤੀ ਨੁਕਸਾਨ ਦੇਸ਼ ਨੂੰ ਬਹੁਤ ਹੋ ਰਿਹਾ? ਇਹ ਨਹੀਂ ਹੈ ਅਸਲ ਵਿੱਚ ਤੇਰਾ ਹੇਜ ਕੰਪਨੀਆਂ ਦੇ ਨਾਲ ਹੈ। ਇੱਕ ਗੱਲ ਕਹੀ ਆ ਮੇਰੇ ਨਾਲ ਕਿ ਜੇ ਇਹ ਹਾਲਤ ਪੰਜਾਬ ਦੇ ਰਹੇ ਤਾਂ ਪੰਜਾਬ ਦੇ ਵਿੱਚ ਵਿਦੇਸ਼ੀ ਕੰਪਨੀਆਂ ਨੇ ਪੂੰਜੀ ਨਿਵੇਸ਼ ਨਹੀਂ ਕਰਨਾ। ਇਹ ਵਾਲੀ ਤੇਰੀ ਗੱਲ ਇਹ ਗੱਲ ਠੀਕ ਹੈ ਪੰਜਾਬ ਵਾਸਤੇ ਕਿਉਂ? ਇਹਦਾ ਹਰਿਆਣੇ ਤੇ ਵੀ ਆਉਂਦੀ ਹੈ ਇਹਦਾ ਪੱਛਮੀ ਯੂਪੀ ਚ ਵੀ ਆਉਂਦੀ ਹੈ ਇਹ ਤਾਂ ਉੱਤਰਾਖੰਡ ਚ ਵੀ ਆਉਂਦੀ ਰਾਜਸਥਾਨ ਚ ਵੀ ਆਉਂਦੀ ਹੈ ਕਿਉਂਕਿ ਅੰਦੋਲਨ ਹੈ ਜਿਹੜਾ ਉਹ ਹਿੰਦੁਸਤਾਨ ਪੱਧਰਾ ਹੋਗਾ ਹਿੰਦੁਸਤਾਨ ਦੇ ਲੋਕਾਂ ਦੀ ਲੜਾਈ ਕਾਰਪੋਰੇਟ ਦੇ ਵਿਰੋਧ ਚ ਖੜੀ ਹੈ ਪਹਿਲੀ ਲੜਾਈ ਹੈ ਜਿਹੜੀ ਕਾਰਪੋਰੇਟ ਸਾਮਰਾਜੀਆਂ ਦੇ ਖਿਲਾਫ ਲਕੀਰ ਕੱਢਣੀ ਲੜਾਈ ਕਿਸਾਨ ਤੇ ਮਜ਼ਦੂਰ ਦਾ ਹਿੰਦੁਸਤਾਨ ਦੇ ਲੋਕ ਲੜਦੇ ਜਿਨ੍ਹਾਂ ਨੂੰ ਤੁਹਾਡੇ ਕਾਨੂੰਨਾਂ ਦਾ ਲਾਗੂ ਕਰਨ ਤੋਂ ਪਹਿਲਾਂ ਪਤਾ ਲੱਗਾ ਕਿ ਇਹ ਮਾੜੇ ਨੇ ਦਲੀਲਾਂ ਦੇ ਲੋਕ ਦੱਸਦੇ ਕਿ ਇਹ ਇੱਥੋਂ ਵਰਤ ਹੈ ਇਹ ਇੱਥੋਂ ਵਰਤ ਨੇ ਇਹ ਇੱਥੋਂ ਵਰਤ ਨੇ ਕੀ ਸਾਨੂੰ ਇਹ ਗੱਲ ਸਮਝ ਨਹੀਂ ਆਉਂਦੀ ਜੇ ਸਰੋਂ ਦਾ ਤੇਲ ਜੇ ਅੱਜ 240 ਰੁਪਏ ਕਿਲੋ ਹੋ ਗਿਆ ਇਹ ਕਿਹਨੇ ਕੀਤਾ ਇਹ ਸਮਝ ਨਹੀਂ ਆਈ ਗੱਲ ਜੇ ਸੇਵਾ ਨਾਲੇ ਮਾਰਕੀਟ ਦੇ ਵਿੱਚ 100 ਤੋਂ ਲੈ ਕੇ 250 ਰੁਪਏ ਕਿਲੋ ਤੱਕ ਹੋਣੇ ਤਾਂ ਕੀ ਸਾਡੇ ਗੱਲ ਸਮਝ ਨਹੀਂ ਆਈ ਜੀ ਕਿਹੜੇ ਕਿਹੜੀ ਗੱਲ ਕਰਕੇ ਇਹਦਾ ਮਤਲਬ ਇਹ ਕਿ ਜਿਹੜੀਆਂ ਚੀਜ਼ਾਂ ਤੇ ਪੂੰਜੀ ਬਦਲਿਆ ਕਰਦਾ ਹੋ ਗਿਆ ਸ਼ਰਮਾਏ ਜਾਣਾ ਕਰਦਾ ਹੋ ਗਿਆ ਉਹ ਉਦੋਂ ਬਾਜ਼ਾਰ ਚ ਲੈ ਕੇ ਆਉਣਗੇ ਜਦੋਂ ਲੋਕਾਂ ਦੀ ਮੰਗ ਵੱਧ ਗਈ ਜਦੋਂ ਸ਼ਾਰਟ ਪੈ ਗਈ ਜਦੋਂ ਸ਼ਾਰਟ ਪੈ ਜਾਂਦੀ ਹੈ
फिर अल्लाह चीज का रेट नहीं पुछता था। देखना है कहना नहीं मैं दे दे कर पैसे दस के लेने थोड़े बैठे होने कोई साफ नहीं भुक्की भाकी का काम चला वाले बैठे होने थोड़े जो बुरा भुक्की की शौक पै जाती है महीने भी दिन बाद कोई भुक्की वाला छटते जाता होने सोनू पता लग जाए भी भाई वो जाता थोड़े बड़े पैसे ना ਤੁਸੀਂ ਨਾਲ ਦੇ ਸਾਥੀ ਨੂੰ ਕਹੋਗੇ ਛੇ ਛੇ ਕਰੀਏ ਪੰਜ ਸੌ ਰੁਪਇਆ ਕਹਿੰਦੀ ਭਾਈ ਮੈਂ ਤਾਂ ਭੁੱਖੀ ਲੈ ਉਹਦੇ ਕਮਰੇ ਕਮਰਾ ਪੈਰ ਨਹੀਂ ਹੁੰਦਾ ਉਹਨੂੰ ਕਹਿੰਦੇ ਛੇ ਛੇ ਕਰਦਾ ਲੰਘ ਜੂਗਾ ਥੋੜੇ ਤਰਲੇ ਕਰਕੇ ਦਿੰਦੇ ਹੋ ਤੇ ਉਹਨੂੰ ਜਾ ਕੇ ਪੰਜ ਸੌ ਰੁਪਏ ਫੜਾ ਦੇ ਦੂੰ ਉਹਨੇ ਕਿੰਨੀ ਭੁੱਖੀ ਦਿੱਤੀ ਹੈ ਜਿਹੜੀ ਵੀ ਕਿੰਨੀ ਹੈ ਕਿੰਨਾ ਦੇ ਭੁੱਖੀ ਹੈ ਉਹ ਲੱਕੜ ਦਾ ਪੂਰਾ ਹੈ ਸਾਡੇ ਇੱਕ ਵਾਰੀ ਭੈਣ ਨਾਲ ਗੱਲ ਹੋਈ ਅਸੀਂ ਉਹਨੂੰ ਪੁੱਛਿਆ ਭਾਈ ਆਪਣੇ ਘਰੇ ਜਿਹੜੇ ਮੁੰਡਿਆਂ ਦਾ ਬੱਚਿਆਂ ਦਾ ਭਾਪਾ ਭੁੱਖੀ ਖਾਂਦਾ ਹੁੰਦਾ ਉਹਦਾ ਕੀ ਹਾਲ ਹੈ ਕਹਿੰਦੀ ਵੀਰ ਜੀ ਹੁਣ ਤਾਂ ਬਹੁਤ ਕੰਟਰੋਲ ਹੈ ਅਸੀਂ ਕਿਹਾ ਵੀ ਕੰਟਰੋਲ ਕਿਹਨੇ ਕੀਤਾ ਉਹ ਕਹਿੰਦੀ ਮੈਂ ਭੁੱਖੀ ਆਪਣੇ ਹੱਥ ਵਿੱਚ ਲੈ ਲਈ ਉਹਨੂੰ ਦੋ ਚਾਰ ਕੇ ਰੋਜ਼ ਦੇ ਦਿਨ ਤੇ ਕੰਮ ਕਰੀ ਜਾਂਦਾ ਇੱਕ ਦਿਨ ਭੁੱਖੀ ਮੁੱਕ ਗਈ ਨਾ ਕਦੋਂ ਮਿਲੀ ਕਹਿੰਦੀ ਘਰੇ ਖੀਰ ਪਈ ਸੀ ਮੈਂ ਦੋ ਚਾਰ ਕੇ ਉਹਦੇ ਦੇਣ ਲੱਗ ਕੰਮ ਉਹਦੇ ਲੈ ਚਲੀ ਗਿਆ ਇੱਕ ਦਿਨ ਮੈਂ ਇੱਕ ਕਰਜ਼ਾ ਦੇਤਾ ਉਹਨੇ ਘਟਨਾ ਅਨੁਸਾਰ ਲਿਆ ਦੋ ਮਹੀਨਿਆਂ ਬਾਅਦ ਮੈਂ ਬੰਦ ਹੀ ਕਰਦਾ ਕਹਿੰਦਾ ਜੇ ਭੁੱਖੀ ਦੇਵੇਗੀ ਤਾਂ ਪੱਠੇ ਵੱਢਣ ਜਾਊਗੀ ਮੈਂ ਬਾਈ ਜੀ ਬਾਹ ਫੜ ਕੇ ਭੀੜ ਵਾਲੀ ਬੋਲੀ ਚ ਤਾਂ ਮੂਡ ਬਦਲ ਜਿੰਨੀ ਮਰਜ਼ੀ ਕਹਿੰਦੇ ਆ ਭੁੱਖੀ ਯਾਨੀ ਮੇਰਾ ਕਹਿਣ ਦਾ ਮਤਲਬ ਜਦੋਂ ਸਾਡੀ ਮਜਬੂਰੀ ਹੋ ਜਾਂਦੀ ਉਦੋਂ ਸਾਨੂੰ ਇਹ ਚੀਜ਼ਾਂ ਮਰਜ਼ੀ ਦੇ ਰਹਿਣ ਦੇ ਉਹੀ ਹਾਲ ਹੈ ਇਹਨਾਂ ਨੇ ਉਹੀ ਪਾਲਸੀ ਲਿਆਂਦੀ ਹੈ ਹੁਣ ਸਰੋਂ ਦੋ ਕੰਪਨੀਆਂ ਨੇ ਕੀਤੀ ਹੈ ਜਿਹੜੀ 3500 ਨੂੰ ਕੁਆਟਰ ਵਿਕਦੀ ਹੁੰਦੀ 5000 ਨੂੰ ਮਿਲੀ ਜੇ ਸਰੋਂ ਵਿਕਣੀ ਹੈ ਤਾਂ ਆਪਾਂ 9000 ਨੂੰ ਮਿਲੂ ਜਿਹੜਾ 80 ਰੁਪਏ ਲੀਟਰ ਤੇਲ ਹੁੰਦਾ 250 ਰੁਪਏ ਲੀਟਰ ਤੇਲ ਹੋਊਗਾ जथेबंदी बना बदल गई ਕੰਪਨੀਆਂ ਘੋੜੇ ਕਰਨ ਲੱਗ ਗਈਆਂ ਵੀ ਅਸੀਂ ਤਾਂ ਤੁਹਾਡੇ ਸੁਵੈਸ ਰੇਟ ਤੇ ਦਵਾਂਗੇ ਕਿਉਂਕਿ ਇਹ ਦਾਦੀ ਹੋ ਗਈ ਉਹਨਾਂ ਨੇ ਦਿੱਤੇ ਨਾ ਉਹਨਾਂ ਕੰਪਨੀ ਉਹ ਸੇਲ ਉਹ ਮਾਰਕੀਟ ਚ ਲੈ ਕੇ ਗਏ ਉਹ ਦੁੱਗਣੇ ਰੇਟ ਲਾ ਗਿਆ ਫਿਰ ਆਪਾਂ ਦੁਨੀਆ ਕਿ ਜਾਨੇ ਤਾਂ ਲੁੱਟ ਕੇ ਜਾਂਦੇ ਸੀ ਬਹੁਤ ਜ਼ਿਆਦੇ ਕਿਉਂਕਿ ਪਹਿਲਾਂ ਕੰਪਨੀਆਂ ਨਾਲ ਬਾਅਦ ਹੀ ਵੱਧ ਲੈ ਜਾਂਦੀਆਂ ਮਾਰਕੀਟ ਖਾਲੀ ਸੀ ਮਾਰਕੀਟ ਵਾਲੂ ਸਿਉਂਦੀ ਸੀ ਕਹਿੰਦਾ ਜੀ ਲੋੜ ਸੀ ਉਹ ਚੌਗਣੇ ਰੇਟ ਦੇਂਦੇ ਸੀ ਇਹਨਾਂ ਨੇ ਡੇਢਾ ਲੱਗਾ ਦੇ ਦਿੱਤੇ ਤੇ ਤਿਹਾਈ ਸਭ ਤੋਂ ਵੱਧ ਰੇਟ ਲੈ ਕੇ ਮਾਰਕੀਟ ਵਾਲਾ ਜਦੋਂ ਆ ਗਏ ਜਿਹੜੀ ਕੰਪਨੀਆਂ ਨੂੰ ਇਹ ਗੱਲ ਰੱਖੀ ਜਿਹੜੀ ਇਹ ਕਿਸ ਨੂੰ ਵੀ ਗੱਲ ਜਦੋਂ ਕਰਦੇ ਆ ਹਰ ਇੱਕ ਨੀਤੀ ਦੇ ਪਿੱਛੇ ਨਾ ਚੁਚਾਪ ਇਹਨਾਂ ਦੀ ਖੇਡ ਰਹੀ ਇਹ ਜਗ੍ਹਾ ਜਦੋਂ ਤੁਹਾਡੇ ਸਾਹਮਣੇ ਆ ਗਈ ਉਦੋਂ ਫੜਨ ਲੱਗ ਗਈ ਹੁਣ ਸਵਾਲ ਇਹ ਹੈ ਮੈਂ ਵੀ ਕੋਈ ਛੋਟਾ ਜਿਹਾ ਹੁੰਦਾ ਸੀ ਮੇਰੇ ਤਾਂ ਸਮਝ ਕੀ ਆਉਣੀ ਸੀ ਜਿਹੜੇ ਸਾਡੇ ਅਧਿਆਪਕ ਸੀ ਉਹਨਾਂ ਨੇ ਵੀ ਸਮਝ ਨਹੀਂ ਆਈ ਗੱਲ ਹੁਣ ਗਲਾਸ ਲੈ ਉੱਠਾ
ਜੀ ਪੋਸਟ ਮੈਨੂੰ ਲੱਗਦਾ ਵੀ ਹੁਣ ਕੋਈ ਹੋਣੀ ਨਹੀਂ ਗ੍ਰਾਮ ਸੇਵਕ ਦੀ ਪੋਸਟ ਪਹਿਲਾਂ ਪਹਿਲਾਂ ਗ੍ਰਾਮ ਸੇਵਕ ਹੁੰਦੇ ਨੌ ਰੱਖਿਆ ਸੀ ਪਿੰਡਾਂ ਦੀ ਸੇਵਾ ਕਰਨ ਵਾਲੇ ਲੋਕ ਗ੍ਰਾਮ ਸੇਵਕ ਉਹਨਾਂ ਨੇ ਆਪਣੀ ਸੇਵਾ ਦਾ ਕੀ ਕੀਤੀ ਉਹ ਕੰਪਨੀਆਂ ਨਾਲ ਲੈ ਕੇ ਆਪਣੇ ਕੋਲ ਆਏ दो किलो फिर 10 किलो फिर 50 किलो का थैला उन्होंने कही असी पाया फसल दुबड़ी फिर वह थैला 10 रुपया का हो गया फिर 50 रुपया का हो गया फिर 80 रुपया का हो गया अब भाई मैं खरीद यानी सवाल यह हो गया ग्राम सेवक ने साडे खेतां दा हाल बनाता भी ये डीएपी है कणक बेचू जे यूरिया है तां कणक बोजू जे स्प्रे है तां कणक बोजू जे तेल है तां पानी बोजू मेरे तां भैया दे घरे दा आउंदा जिहड़े जदों असीं इह गल्लां कहिंदे हुंदे सी खेतों के बाद किसी के सामने नहीं उदो यह नीति असी चराकी पेश की सामू उन्होंने निर्भर कहीं बैंकों के ग्राम लारिया के ग्राम जी रेल झीड अपने घरे होती थी वो भी बैठे पुराने बंदे बैठे होने कोई किसी मजदूर का घर हा कर जिसे घरे लवेली नहीं कोई यहाँ जहा घर नहीं जिसे घरे देसी घ्यो नहीं कोई यहाँ जहा घर नहीं जिसे रेकना नहीं तड़के सवेरे बजता हुआ ना ही लिया वर्ग लिया आ भैन बैठी सची फुल हो गया पांच तोड़ा तो घट सकी बन गई छोटे कंठे होंगे भाई पड़े 10 लाख तोड़ा के कंठे खटर के कपड़े होंगे पैरों नंगे होंगे पैसा जेल च नहीं सी 1 रुपये का परिवार का गुजारा महीने का चल जाता पैसा देखो नहीं पैसा जुत्ती होंगी पासे जाते लोग जुत्ती डांग कर लेते पिंड के कोल जाके पैर तो जुत्ती पा दो पिंड की जुत्ती घर लगे हाल मान साढ़े घर घ्यो के जड़कने प्यो के जड़कने लस्सी बस दुध बस कोई है घर नहीं जिसे घर 10 तोड़े सौना या 20 तोड़े सौना 50 तोड़े सौना जब वे घर के कोल था 80 किलो सोना देख रखी इन्नी कर गया कि खेतों की बधी हुई पैदावार यही की चाल खेडी सकता यहाँ का ख्याल सोचा कर कि आपकी लोड़ा पूरी करने आपका माल बेचता ਤੇ ਜਿਹੜਾ ਸਾਡੇ ਘਰੇ ਪਿਆ ਸੀ ਮਾੜਾ ਮੋਟਾ ਬੱਚਾ ਬੱਚਾ ਸਮਾਨ ਸਾਰੇ ਦੁੱਧ ਵੀ ਵੇਚਦਾ ਪੁੱਤ ਵੀ ਵੇਚਦਾ ਫਸਲ ਵੀ ਵੇਚਦੀ ਜ਼ਮੀਨ ਵੇਚਣ ਦੇ ਪਿਆ ਰਿਹਾ ਕਰਜ਼ਾ ਕਰਜ਼ਾ ਕਰਿਆ ਪਿਆ ਛੋਟੀ ਸੀ ਆ ਇਹ ਬਕਾਇਦਾ ਸੋਚੀ ਸਾਂਝੀ ਚਾਲ ਨਾਲ ਹੁਣ ਅਗਰ ਸਾਡਾ ਖਹਿਰਾ ਹੀ ਛੱਡ ਦੇ ਕਿਉਂਕਿ ਰੌਲੇ ਕਰਦੇ ਪੈ ਰਹੇ ਨੇ ਕਿ ਦੁਨੀਆਂ ਦੇ ਵਿੱਚ
ਦਾ ਆਤਮ ਸ਼ਾਸਨ ਆ ਗਿਆ। ਆਤਮ ਸ਼ਾਸਨ ਕਿਹਨੂੰ ਕਹਿੰਦੇ ਨੇ ਕਿ ਜਦੋਂ ਇੰਡਸਟਰੀਆਂ ਦਾ ਮਾਲ ਵਿਕੇ ਨਾ ਉਹਨੇ ਖਰੀਦਦਾਰ ਘੱਟ ਜਾਂਦਾ ਉਹਨੂੰ ਆਤਮ ਸ਼ਾਸਨ ਕਹਿੰਦੇ ਨੇ। ਹੁਣ ਖਰੀਦਦਾਰ ਕਦੋਂ ਘੱਟਦੇ ਨੇ? ਖਰੀਦਦਾਰ ਉਦੋਂ ਘੱਟਦੇ ਨੇ ਜਦੋਂ ਕਿਰਤੀਆਂ ਕੋਲ ਪੈਸਾ ਨਾ ਹੋਵੇ। ਪੈਸਾ ਕਦੋਂ ਨਹੀਂ ਹੁੰਦਾ? ਜਦੋਂ ਉਹਨਾਂ ਦੇ ਧੰਦੇ ਤੋਂ ਆਮਦਨ ਨਾ ਹੋਵੇ, ਜਦੋਂ ਉਹਨਾਂ ਦੇ ਹੱਥਾਂ ਨੂੰ ਕੰਮ ਨਾ ਹੋਵੇ, ਜਦੋਂ ਉਹਨਾਂ ਨੂੰ ਕੋਈ ਜਪਨਾ ਮਿਲਦੀ ਹੋਵੇ, ਜਦੋਂ ਬੇਰੁਜ਼ਗਾਰੀ ਫੈਲੀ ਹੋਵੇ, ਉਦੋਂ ਬਾਜ਼ਾਰ ਦੀ ਮੈਟ ਜਾਣਗੇ ਬਾਈ ਜੀ। ਕਿਉਂ ਜਾਣਗੇ ਬਾਜ਼ਾਰ? ਜਦੋਂ ਤੁਸੀਂ ਬਾਜ਼ਾਰ ਨਹੀਂ ਜਾਂਦੇ ਤਾਂ ਬਾਜ਼ਾਰ ਦਾ ਮਾਲ ਨਹੀਂ ਬਣਨਾ। ਜਦੋਂ ਬਾਜ਼ਾਰ ਦਾ ਮਾਲ ਨਹੀਂ ਬਣਨਾ ਤਾਂ ਜਿਹੜੇ ਦੁਕਾਨਾਂ ਦੇ ਆਉਂਦੇ ਨੇ ਡੀਲਰ ਦੇ ਜਿਹੜੇ ਉਹ ਸਮਾਨ ਦੇਣ ਆਉਂਦੇ ਨੇ ਉਹਨਾਂ ਨੂੰ ਜਵਾਬ ਮਿਲ ਜਾਂਦਾ ਜਿਹੜੇ ਆਪਣੇ ਬੁੱਕ ਕਰਕੇ ਲੈ ਜਾਂਦੇ ਨੇ, ਭਾਈ ਤੇਰਾ ਤਾਂ ਪਹਿਲਾਂ ਹੀ ਨਹੀਂ ਕਿ ਸਮਾਨ ਕਿਹਾ। ਜਦੋਂ ਮੁੜ ਕੇ ਜਾਂਦੇ ਨੇ ਵੀ ਦੱਸ ਤੂੰ ਅੱਜ ਪੁਰਾਣੇ ਸ਼ਹਿਰ ਚ ਗਿਆ ਸੀ ਉੱਥੋਂ ਕਿੰਨਾ ਅੱਠ ਲਿਆ, ਉਹ ਜਾ ਕੇ ਕਹਿੰਦਾ ਕਿ ਆ ਦਿੱਤਾ ਜੀ ਦਿੱਤਾ ਨੀ ਕਿਸੇ ਨੇ, ਤਾਂ ਫਿਰ ਇੰਡਸਟਰੀ ਤੇ ਫਰਕ ਪੈਂਦਾ। ਉਹ ਇੰਡਸਟਰੀ ਨੂੰ ਪਹਿਲਾਂ ਮਾਲ ਬੰਦ ਕਰੋ, ਮਾਲ ਤਾਂ ਪਹਿਲੇ ਹੀ ਵਿਕਿਆ, ਪਹਿਲੇ ਮੁਲਕ ਬਣਿਆ ਹੋਇਆ, ਉਹ ਮਾਲ ਬੰਦ ਹੁੰਦਾ। ਜਦੋਂ ਮਾਲ ਬੰਦ ਹੁੰਦਾ ਤਾਂ ਫੈਕਟਰੀ ਮਾਲ ਪਹਿਲਾਂ ਹੀ ਮਜ਼ਦੂਰ ਕੱਢ ਦਿਓ, ਫੈਕਟਰੀ ਦਾ ਮਾਲ ਲੱਗ ਜਾਵੇ। ਜਿਹੜੇ ਆਪਣੇ ਮਜ਼ਦੂਰ ਕੰਮ ਕਰਦੇ ਹੋਣੇ ਉਹ ਮਜ਼ਦੂਰ ਫੈਕਟਰੀ ਤੋਂ ਬਾਹਰ ਹੋ ਜਾਂਦੇ, ਬੇਰੁਜ਼ਗਾਰਾਂ ਦਾ ਵੱਧ ਵੱਧ ਜਾਂਦਾ। ਇਹਨੂੰ ਬਾਈ ਆਤਮ ਪਸੰਦ ਰੱਖਦੇ। ਆਤਮ ਪਸੰਦ ਦਾ ਮਤਲਬ ਇਹ ਨਹੀਂ ਹੈ ਕਿ ਹਿੰਦੁਸਤਾਨ ਦੇ ਵਿੱਚ ਪੈਸੇ ਦੀ ਘਾਟ ਆ ਗਈ, ਇਹ ਕਦੇ ਨਹੀਂ ਹੋਇਆ। ਜੇ ਦੁਨੀਆਂ ਦਾ ਆਤਮ ਸੰਕਟ ਹੈ ਉੱਥੇ ਵੀ ਕੋਈ ਸਰਮਾਏ ਦੀ ਘਾਟ ਨਹੀਂ, ਨਾ ਸੋਨੇ ਦੀ ਘਾਟ ਨਾ ਸਰਮਾਏ ਦੀ ਘਾਟ। ਆਤਮ ਸੰਕਟ ਦਾ ਮਤਲਬ ਇਹ ਹੈ ਕਿ ਇੰਡਸਟਰੀਆਂ ਦਾ ਮਾਲ ਮਾਰਕੀਟ ਦੇ ਵਿੱਚ ਲੱਗਦਾ ਨਹੀਂ ਤੇ ਉਹਨੂੰ ਕੋਈ ਖਰੀਦਣ ਵਾਲਾ ਨਹੀਂ, ਇਸ ਕਰਕੇ ਆਰਥਿਕ ਸੰਕਟ ਦਾ ਇਹ ਨਿਕਲਿਆ। ਹੁਣ ਇਹ ਆਰਥਿਕ ਸੰਕਟ ਦੇ ਵਿੱਚੋਂ ਇਹ ਗਾਰਡ ਦਾ ਆਤਮਾ ਸਮਝੌਤਾ ਨਿਕਲਿਆ ਹੈ। ਹੁਣ ਜਦੋਂ ਇੰਡਸਟਰੀਆਂ ਦੇ ਵਿੱਚੋਂ ਇਹਦੀ ਪੂੰਜੀ ਨਿਵੇਸ਼ ਹੁੰਦੀ ਹੈ ਉਹ ਮਾਲ ਹੀ ਮਿਲਦਾ, ਫਿਰ ਉਹ ਮਾਲ ਪੈਸਾ ਆਪਦਾ ਐਸ ਐਗਰੀਕਲਚਰ ਖੇਤੀਬਾੜੀ ਖੇਤਰ ਤੇ ਆਉਂਦਾ। ਜਿਵੇਂ ਇਕੱਲੇ ਐਗਰੀਕਲਚਰ ਖੇਤਰ ਚ ਨਹੀਂ, ਪਬਲਿਕ ਖੇਤਰ ਚ। ਪਬਲਿਕ ਖੇਤਰ ਕਿਹਨੂੰ ਕਹਿੰਦੇ ਆ? ਜਿਹੜੀਆਂ ਸੇਵਾਵਾਂ ਨੇ ਸਾਡੀਆਂ, ਜਿਵੇਂ ਵਿੱਦਿਆ ਹੈ, ਸਿਹਤ ਹੈ, ਟਰਾਂਸਪੋਰਟ ਹੈ, ਰੇਲਵੇ ਹੈ, ਬੰਦਰਗਾਹਾਂ ਨੇ, ਕੋਲੇ ਦੀਆਂ ਖਾਣਾਂ ਨੇ, ਬਿਜਲੀ ਬੋਰਡ ਹੈ, ਹੋਰ ਸੇਵਾਵਾਂ ਜਿੰਨੀਆਂ ਸਾਨੂੰ ਸੇਵਾਵਾਂ ਮਿਲਦੀਆਂ, ਉਹ ਖੇਤਰ ਨੂੰ ਇਹ ਮੰਨਿਆ ਜਾਂਦਾ ਹੈ ਵੀ ਇਹ ਲੋਕ ਲੋਕ ਲੋਅ ਲੋਸ ਵਾਲੇ ਇਦਾਰੇ ਹੈ, ਇਹ ਸੇਵਾਵਾਂ ਨੇ, ਇਹ ਹਰ ਇੱਕ ਬੰਦੇ ਨੂੰ ਚਾਹੀਦੀਆਂ। ਜਿਵੇਂ ਵਿੱਦਿਆ ਗਰੀਬ ਨੂੰ ਚਾਹੀਦੀ ਹੈ, ਅਮੀਰ ਨੂੰ ਚਾਹੀਦੀ ਹੈ, ਜੇ ਸਰਕਾਰੀ ਹੋਵੇ ਤਾਂ ਸਭ ਨੂੰ ਮਿਲ ਸਕੂ, ਜੇ ਇਹ ਦੁਕਾਨ ਤੋਂ ਮਿਲੂ ਤਾਂ ਆਪਾਂ ਮਰਜ਼ੀ ਹੈ ਦੁਕਾਨ ਜਿਹੜੇ ਪਰ ਮਰਜ਼ੀ ਵੇਚੇ। ਫਿਰ ਸਵਾਲ ਇਹ ਹੈ ਜਿਹਦੇ ਕੋਲ ਪੈਸੇ ਨੂੰ ਖਰੀਦ ਨਹੀਂ, ਜਿਹਦੇ ਕੋਲ ਪੈਸੇ ਨੂੰ ਖਰੀਦੀ ਜਾਂਦੀ, ਇਹ ਜ਼ਰੂਰੀ ਸੇਵਾ ਬਣੀ, ਇਹ ਕਾਨੂੰਨ ਬਣਾ। ਹੁਣ ਬਿਜਲੀ ਦੀ ਗੱਲ ਕਰਨੀ ਆਪਾਂ, ਦੇਸ਼ ਦੀ ਡਿਵੈਲਪਮੈਂਟ ਦੇ ਵਾਸਤੇ ਸਭ ਤੋਂ ਜ਼ਰੂਰੀ ਹੈ ਬਿਜਲੀ। ਹੁਣ ਬਿਜਲੀ ਸਾਡੇ ਤਾਂ ਬਹੁਤ ਦੇਰ ਬਾਅਦ ਆਈ ਹੈ, ਅੰਗਰੇਜ਼ਾਂ ਦੇ ਰਾਜ 'ਚ 1897 ਦੇ ਵਿੱਚ ਬਿਜਲੀ ਆਈ ਪਹਿਲੀ ਵਾਰ, ਅੰਗਰੇਜ਼ੀ ਰਾਜ 'ਚ ਪਣ ਬਿਜਲੀ ਆਈ 1899 'ਚ। ਕਲਕੱਤੇ ਦੇ ਵਿੱਚ ਉਹਨਾਂ ਨੇ ਇੱਕ ਡੀਜ਼ਲ ਪਲਾਂਟ ਪਾਵਰ ਪਲਾਂਟ ਲਾਇਆ ਤੇ 1899 ਤੱਕ ਜਿਹੜੀ ਵੀ ਬਿਜਲੀ ਦੀ ਪੈਦਾਵਾਰ ਤੇ ਜਾ ਮੋੜ ਤੱਕ 1362 ਮੈਗਾਵਾਟ ਬਿਜਲੀ ਸਾਡੇ ਦੇਸ਼ 'ਚ ਪੈਦਾ ਹੁੰਦੀ ਸੀ। 1948 ਦੇ ਵਿੱਚ ਪਹਿਲੀ ਵਾਰ ਬਿਜਲੀ ਐਕਟ ਬਣਿਆ।